स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड चंगाली चंगाली पिंड जिहड़ा इहनू तहसील ते जिला फिरोजपुर पैंदा। फिरोजपुर तो जदों आपां जीरा रोड ते जाणा होवे दोस्तो मेन रोड दे उत्ते कुलगड़ी पिंड आउंदा है। उत्थों सारा इह 3 किलोमीटर साइड ते पिंड रहि जांदा। इस पिंड दे विच बाई जोरां दा वपार दा काम है, सेल परचेज दा काम है, पशु इन्हां कोल रूटीन च आउंदे रहिंदे आ, खास करके मझां जिहड़ियां। अज आपां जिहड़ी वीडियो बनावांगे दोस्तो इहदे च सामणे तुसीं मझ देख रहे हैं, एक ते एक नाल मीनी जिहड़ी मझ है उह दो इह पशु बाई जोरां कोल विकाऊ है। ਇਹ ਦੋਨਾਂ ਦੀ ਡਿਟੇਲ ਆਪਾਂ ਬਾਈ ਜੀ ਹੋਰਾਂ ਤੋਂ ਪੁੱਛ ਲਾਂਗੇ। ਐਕਸਟਰਾ ਆਰਡਨਰੀ ਆ ਦੋਸਤੋ ਇਹ ਜਿਹੜੀ ਪਹਿਲੇ ਨੰਬਰ 'ਤੇ ਤੁਸੀਂ ਝੋਟੀ ਦੇਖ ਰਹੇ ਹਾਂ, ਇਹ ਜਦੋਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਦੋਂ ਤੁਹਾਨੂੰ ਇਹਦੇ ਆਰਡਰ ਦੀ ਇਹਦੇ ਜਾਂ ਕਿੰਨਾ ਕੁ ਦੁੱਧ ਦੇ ਸਕਦੀ ਉਹਦੀ ਤੁਹਾਨੂੰ ਜੱਜਮੈਂਟ ਹੋ ਜੂਗੀ। ਇੱਕ ਦੋਸਤੋ ਹੋਰ ਬੇਨਤੀ ਆ ਵੀ ਤੁਸੀਂ ਇਸੇ ਤਰ੍ਹਾਂ ਹੌਸਲਾ ਵਧਾਉਂਦੇ ਰਹੋ, ਚੈਨਲ ਨੂੰ ਦੇਖਦੇ ਰਹੋ। ਤੁਹਾਨੂੰ ਪੰਜਾਬ ਦੇ ਵਿੱਚੋਂ ਹੀ ਇੱਦਾਂ ਦੀਆਂ ਮੁਰਾ ਝੋਟੀਆਂ ਦਿਖਾਉਂਦੇ ਰਹਾਂਗੇ ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਲੱਗੂਗਾ ਵੀ ਮੁਰਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵੀ ਇੱਕ ਨੰਬਰ 'ਚ ਆ, ਪੰਜਾਬ 'ਚ ਵੀ ਬਹੁਤ ਭਾਰੀਆਂ ਚੰਗੇ ਦੁੱਧ ਵਾਲੀਆਂ ਮੁਰਾ ਨਸਲ ਦੀਆਂ ਝੋਟੀਆਂ ਹੈਗੀਆਂ। ਸੋ ਵੀਡੀਓ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਘੰਟੀ ਦਾ ਬਟਨ ਵੀ ਪ੍ਰੈਸ ਕਰ ਦਿਓ ਜੀ। ਆਓ ਦੋਸਤੋ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਡਿਟੇਲ ਨਾਲ ਰੇਟ ਵਗੈਰਾ ਸਾਰਾ ਕੁਛ ਬਾਈ ਜੀ ਹੋਰਾਂ ਤੋਂ ਇਹਨਾਂ ਪਸ਼ੂਆਂ ਬਾਰੇ ਲੈ ਲੈਂਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਨਾਮ ਦੱਸਿਓ ਆਪਣਾ ਕੀ ਹੈ? ਅਜੈਬ ਸਿੰਘ ਜੀ। ਅਜੈਬ ਸਿੰਘ, ਕਿੰਨਾ ਕੁ ਚਿਰ ਹੋ ਗਿਆ ਜੀ ਵਪਾਰ ਦਾ ਕੰਮ ਕਰਦਿਆਂ ਨੂੰ? ਹੋ ਗਏ 30 ਸਾਲ। 30 ਸਾਲ ਹੋ ਗਏ। ਜ਼ਿਆਦਾ ਮੱਝਾਂ ਆਉਂਦੀਆਂ ਕਿ ਗਾਈਆਂ ਵੀ ਆ ਜਾਂਦੀਆਂ? ਮੱਝਾਂ ਜ਼ਿਆਦਾ ਆਉਂਦੀਆਂ। ਮੱਝਾਂ ਜ਼ਿਆਦਾ ਖਰੀਦਦੇ? ਠੀਕ ਹੈ। ਅੱਜ ਜਿਹੜੀ ਆਪਾਂ ਵੀਡੀਓ ਬਣਾਉਣੀ ਹੈ ਇਹਦੇ 'ਚ ਆਪਾਂ ਇਹ ਦੋ ਮੱਝਾਂ ਜਿਹੜੀਆਂ ਆਪਣੇ ਕੋਲੋਂ ਵਿਕਾਊ ਆ ਇਹਨਾਂ ਦੀ ਬਣਾ ਰਹੇ ਹਾਂ ਨਾ? ਹਾਂਜੀ। ਠੀਕ ਹੈ। ਜਿਹੜੀ ਪਹਿਲੇ ਨੰਬਰ 'ਤੇ ਝੋਟੀ ਹੈ ਇਹਨੇ 99 ਸੂਏ ਸੂਣਾ? ਇਹ ਦੂਜੇ ਸੂਣਾ ਜੀ। ਠੀਕ ਹੈ। ਅਤੇ ਕਿੰਨੇ ਦਿਨ ਰਹਿੰਦੇ ਇਹਦੇ ਸੂਣ 'ਚ? ਰਹਿੰਦੇ 8 ਦਿਨ। 8 ਦਿਨ? ਦਿਨ ਪੂਰੇ ਹੋਣ 'ਚ ਰਹਿੰਦੇ? ਹਾਂਜੀ। ਠੀਕ ਹੈ। ਅਤੇ ਪਹਿਲੇ ਸੂਏ ਦਾ ਦੁੱਧ ਕੀ ਰਿਕਾਰਡ ਇਹਦਾ ਜੇ ਪਤਾ ਕੀਤਾ ਹੋਵੇ ਜਿੱਥੋਂ ਖਰੀਦੀ ਹੈ? ਇਹ 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਜੀ। ਪਹਿਲੇ ਸੂਏ 16 ਕਿਲੋ ਦਿੱਤਾ? 20 ਲੀਟਰ ਤੋਂ ਬਾਹਰ ਜਾਊ। ਠੀਕ ਹੈ, 20 ਲੀਟਰ ਤੋਂ ਬਾਹਰ ਜਾਊ। ਬਾਈ ਜੀ ਇਸ ਝੋਟੀ ਦਾ ਆਪਾਂ ਕੀ ਰੇਟ ਕਰਦੇ ਹਾਂ? ਇਹਦਾ 1.5 ਲੱਖ। 1.5 ਲੱਖ ਵਿੱਚੋਂ ਇਹਦੇ ਤੋਂ ਮੌਕੇ ਤੇ ਥੋੜਾ ਬਹੁਤਾ ਫਰਕ ਪੈ ਜਾਊਗਾ? ਥੋੜਾ ਬਹੁਤਾ ਪੈ ਜਾਊਗਾ, ਬਾਲਾ ਬਾਲਾ ਨਹੀਂ ਪੈਣਾ। ਠੀਕ ਹੈ, ਹੋਰ ਸਾਈਡ ਤੇ ਮੜਾ ਦੋਸਤੋ। ਇਹ ਬਹੁਤ ਚੰਗੀ ਝੋਟੀ ਹੈ, ਪੰਜਾਬ ਦੇ ਵਿੱਚੋਂ ਬਾਈ ਜੀ ਹੋਰਾਂ ਨੇ ਖਰੀਦੀ ਹੈ। ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ, ਦੂਜੇ ਸੂਏ ਸੋਹਣਾ ਇਸ ਝੋਟੀ ਨੇ, ਚੰਗੀ ਭਾਰੀ ਸਰੀਰ ਦੀ ਤੇ ਬਹੁਤ ਤਕੜੇ ਹਵਾਨੇ ਦੀ। ਜਦੋਂ ਖੋਲਾਂਗੇ ਤੋਰਾਂਗੇ ਉਦੋਂ ਤੁਹਾਨੂੰ ਇਹਦਾ ਹਵਾਨੇ ਦੀ ਜੱਜਮੈਂਟ ਹੋਊਗੀ। ਥਣ ਤੁਹਾਨੂੰ ਦੋਸਤੋ ਦਿਖਾ ਦਿੰਦਾ, ਬਹੁਤ ਸੋਹਣੇ ਥਾਣੇ ਦੇ ਤੁਸੀਂ ਦੇਖ ਸਕਦੇ ਹੋ। ਅਗਲੇ ਪਿਛਲੇ ਥਣ ਦੂਜੇ ਥਣ ਤੁਹਾਨੂੰ ਦਿਸਣਗੇ ਨਹੀਂ ਕਿਉਂਕਿ ਇੱਕੋ ਜਿਹੀ ਸ਼ੇਪ 'ਚ ਤੁਸੀਂ ਦੇਖ ਸਕਦੇ ਹੋ। ਹਜੇ ਇਹ ਦਿਨ ਲੈ ਜੂਗੀ, ਕੱਚੀ ਹੈ ਹਜੇ ਇਹ ਝੋਟੀ। ਖੋਲੋ ਬਾਈ ਜੀ, ਜਦੋਂ ਤੋਰਾਂਗੇ ਦੋਸਤੋ ਇਹਦੇ ਹਵਾਨੇ ਦੀ ਤੁਹਾਨੂੰ ਜੱਜਮੈਂਟ ਹੋਊਗੀ। ਰੇਟ ਬਾਈ ਜੀ ਹੋਰਾਂ ਨੇ 1,50,000 ਦੀ ਡਿਮਾਂਡ ਕੀਤੀ ਹੈ। ਸੋ ਤੁਸੀਂ ਦੇਖ ਸਕਦੇ ਹੋ ਦੋਸਤੋ, ਇਹ ਮੇਰੇ ਖਿਆਲ 'ਚ ਵੀ ਇਹ ਕਿਸੇ ਵੀ ਗੱਲੋਂ ਜਿਹੜੀਆਂ ਹਰਿਆਣੇ ਦੀਆਂ ਮੁਰਾ ਮੱਝਾਂ ਉਹਨਾਂ ਦੇ ਵਿੱਚੋਂ ਕਿਸੇ ਗੱਲੋਂ ਵੀ ਕੋਈ ਘੱਟ ਨਹੀਂ ਹੈਗੀ। ਇਹ ਦੇਖ ਸਕਦੇ ਹਾਂ ਦੋਸਤੋ, ਹਵਾਨਾ ਇਹਦਾ ਦੋਸਤੋ ਐਕਸਟਰਾ ਆਰਡਨਰੀ ਦੇਖਣ ਵਾਲਾ ਹਵਾਨਾ। ਤੁਸੀਂ ਦੇਖੋਗੇ ਅੱਗੇ ਪਿੱਛੇ ਨੂੰ ਪੂਰਾ ਭਾਰਾ ਦੇਖ ਸਕਦੇ ਹਾਂ ਦੋਸਤੋ। ਹਵਾਨਾ ਤੁਹਾਨੂੰ ਵਾਰ ਵਾਰ ਜਿਹੜਾ ਉਹ ਦਿਖਾਉਣ ਨੂੰ ਜੀ ਕਰਦਾ ਕਿਉਂਕਿ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਨੇ। ਹੋਰ ਲੈ ਲਓ ਅੱਗੇ ਨੂੰ ਜੀ, ਬਹੁਤ ਸੋਹਣੀ ਝੋਟੀ, ਬਹੁਤ ਮੋੜ ਲਓ ਜੀ। ਸੋ ਦੋਸਤੋ ਇਹ ਝੋਟੀ ਬਾਈ ਜੀ ਹੋਰਾਂ ਕੋਲ ਫੋਰ ਸੇਲ ਹੈ। ਚੰਗੇ ਦੁੱਧ ਵਾਲੀ ਕਿਸੇ ਵੀਰ ਨੇ ਮੱਝ ਖਰੀਦਣੀ ਹੈ, ਝੋਟੀ ਖਰੀਦਣੀ ਹੈ ਤਾਂ ਤੁਸੀਂ ਆ ਕੇ ਇੱਕ ਵਾਰ ਦੇਖੋ ਜ਼ਰੂਰ। ਤੁਸੀਂ ਜੋ ਦੇਖੋਗੇ ਤੁਹਾਨੂੰ ਇਹ ਪਸੰਦ ਆਊਗੀ ਝੋਟੀ। ਰੇਟ ਬਾਈ ਜੀ ਹੋਰਾਂ ਨੇ ਜਿਹੜਾ ਕੀਤਾ ਉਹਦੇ 'ਚੋਂ ਥੋੜ੍ਹਾ ਬਹੁਤਾ ਜਿਹੜਾ ਉਹ ਵੱਧ ਘੱਟ ਹੋ ਜਾਣਾ ਮੌਕੇ 'ਤੇ, ਬਾਕੀ ਜਿਹਦੇ ਪਸੰਦ ਆਉਂਦੀ ਹੈ ਸੌਦਾ ਉਹ ਆਪ ਕਰ ਸਕਦਾ। ਇਹ ਤੋਂ ਬਿਨਾਂ ਇੱਕ ਹੋਰ ਮੀਨੀ ਝੋਟੀ ਹੈ ਬਾਈ ਜੀ ਹੋਰਾਂ ਕੋਲ, ਇਹਦੀ ਵੀ ਆਪਾਂ ਡਿਟੇਲ ਬਾਈ ਜੀ ਹੋਰਾਂ ਤੋਂ ਲੈ ਲੈਂਦੇ ਹਾਂ। ਬਾਈ ਜਿਹੜੀ ਆ ਦੂਜੇ ਨੰਬਰ 'ਤੇ ਆਪਾਂ ਝੋਟੀ ਦਿਖਾਉਣੀ ਹੈ, ਇਹਨੇ 99 ਸੂਏ ਸੂਣਾ ਪਹਿਲਾਂ ਜੀ। ਠੀਕ ਹੈ। ਅਤੇ ਇਹਦੇ ਕਿੰਨੇ ਦਿਨ ਰਹਿੰਦੇ ਆ? ਇਹ ਰਹਿੰਦੇ 12 ਕੁ ਦਿਨ। 12 ਦਿਨ ਰਹਿੰਦੇ ਆ। ਠੀਕ ਹੈ। ਅਤੇ ਇਹ ਸਿੰਘੋ ਮੀਣੀ ਹੈ, ਮੀਣੇ ਸਿੰਘ ਹਿਲਦੇ ਆ ਦੋਨੇ? ਹਾਂਜੀ। ਠੀਕ ਹੈ। ਅਤੇ ਇਹਦਾ ਕੀ ਰੇਟ ਕਰਦੇ ਆ? ਇਹਦਾ 65,000 ਜੀ। 65,000? ਠੀਕ ਹੈ। ਅਤੇ ਇਹ ਦੰਦੋਂ ਕਿਵੇਂ ਆ ਬਾਈ ਜੀ? ਇਹ ਦੰਦੋਂ 64 ਆ ਜੀ। 64 ਹੈ ਦੰਦੋਂ? ਠੀਕ ਹੈ ਦੋਸਤੋ। 65,000 ਰੇਟ ਕੀਤਾ ਬਾਈ ਜੀ ਹੋਰਾਂ ਨੇ। ਥੋੜ੍ਹਾ ਜਿਹਾ ਘੱਟ ਸੰਭਾਲ ਵਾਲੇ ਘਰੋਂ ਆਈ ਹੈ, ਉਸ ਢਾਂਚੇ ਦੀ ਖੁੱਲੀ ਹੈ ਸਰੀਰ, ਕੱਦ ਕਾਠ ਚੰਗਾ ਹੈ ਝੋਟੀ ਦਾ। ਬਾਕੀ ਥੱਲਾ ਵੀ ਜਿਹੜਾ ਇਹ ਸੋਹਣਾ ਬਣਾ ਰਹੀ ਹੈ, ਥਣ ਬਿੱਥੀ 'ਤੇ ਹੈ, ਹਾਲਾਂਕਿ ਹੈ ਤਾਂ ਤੁਸੀਂ ਦੇਖ ਸਕਦੇ ਹਾਂ। ਬਾਕੀ ਢਿੱਲ ਕਾਫੀ ਹੈ ਦੋਸਤੋ, ਹਜੇ ਇਹ ਦਿਨ ਲੈ ਜੂਗੀ, ਤੁਸੀਂ ਦੇਖ ਸਕਦੇ ਹਾਂ ਹਵਾਨਾ ਸੋਹਣਾ ਬਣਾ ਜੂਗੀ। ਮੀਣੀ ਹੈ ਦੋਸਤੋ ਇਹ ਦੋਨਾਂ ਸਿੰਘਾਂ ਤੋਂ, ਬਾਕੀ ਤੁਸੀਂ ਦੇਖ ਹੀ ਸਕਦੇ ਹਾਂ ਚਿਹਰਾ ਮੋਹਰਾ ਇਹਦਾ। ਮੀਣੇ ਪਸ਼ੂ ਦੀ ਵੀ ਆਪਦੀ ਲੁੱਕ ਹੁੰਦੀ ਹੈ, ਸੋਹਣਾ ਲੱਗਦਾ ਮੀਣਾ ਪਸ਼ੂ ਵੀ। ਖੋਲੋ ਬਾਈ ਜੀ ਇਹਨੂੰ ਵੀ, ਇਹ ਵੀ ਦੋਸਤੋ ਤੁਹਾਨੂੰ ਤੋਰ ਕੇ ਜ਼ਰੂਰ ਦਿਖਾਵਾਂਗੇ। ਇਹ ਵੀ ਫੋਰ ਸੇਲ ਆ, ਵਿਕਾਊ ਆ ਬਾਈ ਜੀ ਹੋਰਾਂ ਕੋਲ, ਰੇਟ ਇਹਦਾ ਬਿਲਕੁਲ ਬਾਈ ਜੀ ਹੋਰਾਂ ਨੇ ਜਾਇਜ਼ ਹੀ ਕੀਤਾ।
देख सकते हैं थोड़ी जी लिस्सी जरूर हैगी है पर चमड़ी इहदी बरीक लगती है दोस्तों देखण च। बाकी जिहड़े भी वीर ने पशु खरीदना हुंदा उहदी जिम्मेवारी है वी उह आके देखे पशु नूं चंगी तरह तसली करे आपदी फिर सौदा कर ले। बाकी अपने चैनल दे उत्ते दोस्तों तुहानूं रूटीन च तीन वीडियो मिल रही है, वीडियो ज़्यादा होण करके फिर भी आपां तीन ते हुण रहांगे क्योंकि पहलां विच्चों कहता सी वी दो वीडियो अपलोड करिया करांगे पर ज़्यादा रिस्पोंस है वधिया भरावां दा। सो वीडियो दोस्तों इस तरह थोनों तीन ही रूटीन च मिलदियां रहणगियां, जिहड़ा भी पशु थोड़े पसंद आउंदा सौदा तुसीं आप करना है। सो दोस्तों ये दो मझां दो झोटियां बाई जी होरां कोल विकाऊ है, डिटेल सारी इन्हां तों आपां लै ली है, नाल रेट वगैरह भी थोनों पता करता है। जे किसी वीर दे इन्हां चों कोई भी पशु पसंद आउंदा सौदा तुसीं बाई जी होरां नूं फोन करके आप कर सकदे हैं। बहुत सोहनी झोटी पहले नंबर वाली, खास करके जे कोई चंगे दुध वाली झोटी भालदा कोई भी वीर बाई जी होरी दस दे वी तनौला एरिया दे विच्चों आई भी है। धन्यवाद दोस्तों वीडियो देखने लई।